लखीमपुर खीरी की घटना विच मारे गए किसान अते पत्रकार की याद विच अज कलश यात्रा संगरूर दे भवानीगढ़ दे काला झाड़ टोल प्लाजा तो शुरू की गई है। किसानों वालों एक कलश यात्रा हुसैनीवाला तक चली है, जिथे उन्होंने हुसैनीवाला विच जाके किसानों दी अस्थियां नू जल प्रवाह किया। भारतीय किसान यूनियन वालों इस दौरान मृतक किसान अते पत्रकार नू श्रद्धांजलि दी गई ते नाल ही ऐलान किया कि जदों तक किसान संघर्ष विच जित हासिल नहीं हो जाती उदों तक किसान वड्डी तो वड्डी कुरबानी देने लई पिछे नहीं हटणगे। अज असी लखवीरपुर खीरी के शहीदों की कलश यात्रा जिहड़ी ਉਹ ਇੱਥੋਂ ਕਾਲਾ ਝਾੜ ਟੋਲ ਪਲਾਜੇ ਤੋਂ ਸ਼ੁਰੂ ਕਰਨ ਲੱਗਿਆ। ਇੱਥੇ ਸਾਡੀਆਂ ਪਟਾਲੇ ਜ਼ਿਲ੍ਹੇ ਦੀਆਂ ਸੰਗਰੂਰ ਜ਼ਿਲ੍ਹੇ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ। ਬਹੁਤ ਮਾਣ ਸਤਿਕਾਰ ਨਾਲ ਜਿਹੜੀ ਇਹ ਕਲਸ਼ ਯਾਤਰਾ ਅਸੀਂ ਉਹਨਾਂ ਦੀ ਲੈ ਕੇ ਜਾ ਰਹੇ ਹਾਂ। ਇਹ ਹਸੈਨੀ ਵਾਲੇ ਜਿੱਥੇ ਭਗਤ ਸਿੰਘ ਹੋਰਾਂ ਦੀਆਂ ਯਾਦਗਾਰਾਂ ਨੇ ਉਹ ਇਹ ਕਲਸ਼ ਯਾਤਰਾ ਜਿਹੜੀ ਉੱਥੇ ਤੱਕ ਜਾਊਗੀ। ਬੜੇ ਮਾਣ ਸਤਿਕਾਰ ਨਾਲ ਗੱਡੀ ਦੇ ਉੱਤੇ ਉਹਨਾਂ ਦੇ ਜਿਹੜੇ ਅਸਥੀਆਂ ਨੇ ਉਹਨਾਂ ਦੀ ਕਲਸ਼ ਜਿਹੜੀ ਉਹ ਅਸੀਂ ਗੱਡੀ ਦੇ ਉੱਤੇ ਬਹੁਤ ਮਾਣ ਸਤਿਕਾਰ ਨਾਲ ਰੱਖੀ ਹੋਈ ਆ। ਇਸ ਕਰਕੇ ਇਹ ਵੱਖ ਵੱਖ ਜ਼ਿਲ੍ਹਿਆਂ 'ਚੋਂ ਹੁੰਦਾ ਹੋਇਆ ਬਰਨਾਲਾ ਜ਼ਿਲ੍ਹਾ, ਮੋਗਾ ਜ਼ਿਲ੍ਹਾ, ਤਰਨ ਤਾਰਨ, ਲੁਧਿਆਣਾ, ਉਹ ਸਾਰੇ ਜ਼ਿਲ੍ਹਿਆਂ ਨੇ ਮੋਗੇ ਇਕੱਠੇ ਹੋਣਾ। ਮੋਗੇ ਤੋਂ ਅੱਗੇ ਜਾ ਕੇ ਜਿਹੜਾ ਹਸੈਨੀ ਵਾਲੇ ਇਹ ਕਲਸ਼ ਯਾਤਰਾ ਜਿਹੜੀ ਅੱਜ ਉੱਥੇ ਜਾਣੀ ਆ, ਉੱਥੇ ਉਹਨਾਂ ਦੀਆਂ ਜਿਹੜੀਆਂ ਜਲ ਪ੍ਰਵਾਹ ਇਹ ਕਲਸ਼ ਯਾਤਰਾ ਜਿਹੜੀ ਉੱਥੇ ਕੀਤੀ ਜਾਊਗੀ। ਇਹ ਕਲਸ਼ ਯਾਤਰਾ ਜਿਹੜੀ ਅੱਜ ਉਹਨਾਂ ਇੱਥੋਂ ਦੀ ਹਕੂਮਤ ਨੂੰ ਉਹਨੂੰ ਐਂ ਲੱਗਦਾ ਵੀ ਇੱਥੇ ਲੋਕਾਂ ਨੂੰ ਦੱਬ ਕੇ ਲੋਕਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਇਹ ਲਹਿਰ ਦਵਾ ਦਿੱਤੀ ਜਾਊਗੀ। ਇਹ ਉਹ ਲਹਿਰ ਆ ਜਿਹੜੇ ਜਿੱਥੇ ਅੰਗਰੇਜ਼ਾਂ ਨੇ ਭਗਤ ਸਿੰਘ ਹੋਰਾਂ ਨੂੰ, ਰਾਜਗੁਰੂ ਸੁਖਦੇਵ ਹੋਰਾਂ ਨੂੰ ਫਾਂਸੀ ਚਾੜ ਕੇ ਇਹ ਭਾਲਿਆ ਸੀ ਵੀ ਇਹ ਜਿਹੜੀ ਇੱਥੋਂ ਦੀ ਲਹਿਰ ਦਬਾ ਦਿੱਤੀ ਜਾਊਗੀ। ਇਹ ਲਹਿਰ ਨੇ ਦਬਣਾ ਨਹੀਂ। ਜਿਹੜੀ ਮੋਦੀ ਦੀ ਹਕੂਮਤ ਸਾਨੂੰ ਜਾਤ ਧਰਮ ਦੇ ਨਾਂ 'ਤੇ ਵੰਡਣਾ ਚਾਹੁੰਦੀ ਆ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹਕੂਮਤ ਨੂੰ ਵੀ ਇਹ ਜਿਹੜਾ ਦਿੱਲੀ ਦਾ ਮੋਰਚਾ ਐਵੇਂ ਨਹੀਂ ਉੱਠਣਾ। ਸਿੱਧੇ ਤੌਰ 'ਤੇ ਕਿਸਾਨਾਂ ਨੂੰ ਡਾਂਗਾ ਮਾਰ ਕੇ ਠਾਲਿਆ ਨਹੀਂ ਜਾ ਸਕਦਾ ਕਿਉਂਕਿ ਬਦਨਾਮੀ ਵੱਡੀ ਹੁੰਦੀ ਆ। ਹੁਣ ਉੱਥੇ ਇਹੋ ਜਿਹੀਆਂ ਚਾਲਾਂ ਚੱਲ ਰਹੇ ਨੇ, ਉੱਥੇ ਕੋਈ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਪੂਰੀ ਸਕੀਮ ਦੇ ਤਹਿਤ ਉੱਥੇ ਪੂਰੀ ਉਹਨਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ। ਇਹਨੂੰ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਪਹਿਲਾਂ ਵੀ ਲੋਕਾਂ ਨੇ ਇਹਨਾਂ ਦਾ ਕੋਈ ਪੱਤਾ ਨਹੀਂ ਚੱਲਣ ਦਿੱਤਾ, ਹੁਣ ਵੀ ਕੋਈ ਪੱਤਾ ਜਿਹੜਾ ਨਹੀਂ ਚੱਲਣ ਦੇਣਗੇ। ਗੱਲਾਂ ਕਈ ਹੁੰਦੀਆਂ ਨੇ, ਕੁਝ ਮਾਹੌਲ ਬਣਾਉਣ ਵਾਲੀਆਂ, ਕੁਝ ਵਿਗਾੜਨ ਵਾਲੀਆਂ, ਕਦੇ ਕਦੇ ਡਰਾਉਣ ਧਮਕਾਉਣ ਵਾਲੀਆਂ ਤੇ ਕੁਝ ਸੱਚ ਦੇ ਲਿਫਾਫੇ 'ਚ ਝੂਠ ਦੀ ਚਿੱਠੀ ਪਹੁੰਚਾਉਣ ਵਾਲੀਆਂ। ਪਟਿਆਲ ਦੇ ਨਾਲ